ਟਰੱਕ 'ਚੋਂ 2400 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ। ਇੱਕ ਗ੍ਰਿਫਤਾਰ। ਸੰਗਰੂਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ ਇੱਕ ਟਰੱਕ 'ਚੋਂ 2400 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਸ਼ਰਾਬ ਹਰਿਆਣਾ ਤੋਂ ਲਿਆਂਦੀ ਜਾ ਰਹੀ ਸੀ ਅਤੇ ਗ੍ਰਿਫਤਾਰ ਵਿਅਕਤੀ 'ਤੇ ਪਹਿਲਾਂ ਵੀ ਸ਼ਰਾਬ ਦਾ ਮਾਮਲਾ ਦਰਜ ਹੈ। ਕੁਲਵੀਰ ਸਿੰਘ ਪੁੱਤਰ ਕਨੈਲ ਸਿੰਘ ਪਿੰਡੀ ਦਾ ਰਹਿਣ ਵਾਲਾ, ਜਿਹੜਾ ਇਹ ਪਿਛਲੇ ਸਾਲ ਤੋਂ ਤਕਰੀਬਨ 1.5 ਸਾਲ ਤੋਂ ਕੰਮ ਕਰ ਰਿਹਾ ਹੈ ਸ਼ਰਾਬ ਦੀ ਤਸਕਰੀ ਦੇ ਕੰਮ ਸੀਗਾ, ਜਿਹਦੇ ਕੋਲੋਂ ਪਿਛਲੇ ਸਾਲ ਵੀ 9ਵੇਂ ਮਹੀਨੇ ਵਿੱਚ 15 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਮਿਲੀ ਸੀ ਜਿੰਨ ਕਾਰ 'ਚੋਂ। ਉਹ ਵੀ ਮੁਕੱਦਮਾ ਇਹਦਾ ਅੰਡਰ ਟਰਾਇਲ ਆ ਜੀ। ਅਤੇ ਹੁਣ ਜਿਹੜਾ ਹੈ, ਕੱਲ੍ਹ ਵੀ ਸਾਡੇ ਹੌਲਦਾਰ ਯਾਦਵਿੰਦਰ ਸਿੰਘ ਆ, ਉਹਨਾਂ ਨੂੰ ਇਤਲਾਹ ਮਿਲੀ ਸੀ ਵੀ ਇਹ ਬੰਦਾ ਅੱਜ ਵੀ ਇਸ ਏਰੀਏ 'ਚ ਘੁੰਮ ਰਿਹਾ, ਅਤੇ ਜਿਸ 'ਤੇ ਇਹਨੇ ਨਾਕਾਬੰਦੀ ਕਰਕੇ ਇਹਦੇ ਇਤਲਾਹ ਦੇ ਆਧਾਰ 'ਤੇ ਅਤੇ ਇਹਨੂੰ ਕਾਬੂ ਕੀਤਾ। ਇਹਦੇ ਵਿੱਚ 9 ਡਰੱਮਾਂ ਵਿੱਚ ਪਾਈ ਸ਼ਰਾਬ ਬੋਤਲਾਂ ਕੱਢ ਕੇ ਨਾ, ਡਰੱਮਾਂ ਵਿੱਚ ਪਾਈ ਸੀ ਸ਼ਰਾਬ ਇਹ, ਅਤੇ ਉਹਦੇ ਵਿੱਚ 1710 ਲੀਟਰ ਜਿਹੜੀ ਸ਼ਰਾਬ ਸੀ ਉਹ ਡਰੱਮਾਂ ਵਿੱਚ ਮਿਲੀ ਆ। ਅਤੇ ਜਿਹੜਾ ਹੈਗਾ ਉਸ ਤੋਂ ਬਿਨਾਂ 10 ਡੱਬਿਆਂ ਦੇ ਵਿੱਚ ਸੀਗੀ, ਉਸ ਤਰ੍ਹਾਂ ਹੀ ਪੈਕ ਡੱਬੇ ਜਿਹੜੇ ਹੈਗੇ ਨੇ, ਡੱਬੇ ਨੇ ਸ਼ਰਾਬ ਵਾਲੇ ਰੱਖੇ ਹੋਏ ਡੱਬੇ, ਐਂ ਲੱਗਦਾ ਸੀ ਵੀ ਦੂਸਰੇ ਹੁੰਦੇ, ਜਿਵੇਂ ਭੁਲੇਖਾ ਪਾਉਣ ਨੂੰ ਲੋਕਾਂ ਨੂੰ ਵੀ ਸਾਬਣ ਵਗੈਰਾ ਕਰਿਆ ਮਨਿਆਰੀ ਦਾ ਕਰਿਆਨੇ ਦਾ ਸਮਾਨ ਹੈ। ਅਤੇ ਉਹਦੇ ਵਿੱਚ ਮਿਲੇ ਆ 120 ਬੋਤਲਾਂ ਜਿਹੜੀ ਸਾਲਮ ਮਿਲੀਆਂ ਨੇ ਡੱਬਿਆਂ ਵਿੱਚੋਂ 10 ਪੇਟੀਆਂ, ਅਤੇ ਜਿਹੜੀ 1710 ਲੀਟਰ ਟੋਟਲ ਮਿਲਾ ਕੇ ਇਹ 2400 ਬੋਤਲ ਬਣ ਜਾਂਦੀ ਹੈ ਤਰੀਕ ਨੂੰ। ਇਹ ਵਿਅਕਤੀ ਜਿਹੜਾ ਕੁਲਵੀਰ ਸਿੰਘ ਪੁੱਤਰ ਕਨੈਲ ਸਿੰਘ ਰਹਿਣ ਲੌਂਗਵਾਲੇ ਰਹਿਣ ਵਾਲਾ ਕੰਡੀ ਦਾ, ਇਹ ਟਰੱਕ ਸੀਗਾ ਜਿਹਦੇ ਕੋਲ ਆਪਣਾ ਟਰੱਕ ਦੇ ਵਿੱਚ ਸੀਧ PV 03AJ 5484 ਇਹਦੇ ਵਿੱਚ ਹਰਿਆਣਾ ਜੀ। ਉੱਥੋਂ ਤਾਂ 400 ਰੁਪਏ ਦੀ ਪੇਟੀ ਲੈ ਕੇ ਆਉਂਦਾ, ਅਤੇ ਜਿਹੜੀ ਮੁੜ ਕੇ ਫਿਰ 100 ਰੁਪਏ ਬੋਤਲ ਦੇ ਹਿਸਾਬ ਨਾਲ ਪੰਜਾਬ 'ਚ ਵੇਚਦੇ ਨੇ। ਇਸ ਤਰ੍ਹਾਂ ਕਰਕੇ ਹੁਣ 2-2.5 ਗੁਣਾ ਰੇਟ ਲੈਂਦੇ ਨੇ ਫਿਰ ਇਹਨੂੰ।